ਅਕਾਲ ਜੀ ਸਾਰਿਆਂ ਨੂੰ ਇੱਕ ਵਾਰ ਫਿਰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ। ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਤੁਸੀਂ ਮੇਰੇ ਪਿਛਲੇ ਵੀਡੀਓਜ਼ ਅਗਰ ਦੇਖੀਆਂ ਤਾਂ ਤੁਹਾਨੂੰ ਪਤਾ ਹੋਏਗਾ ਕਿ ਮੈਂ ਕੁਝ ਵੀਡੀਓਜ਼ ਬਣਾਏ ਨੇ 2015 ਵਿੱਚ, ਮੇਰੇ ਬੱਚੇ ਦੀ ਡੈਥ ਕਿੱਦਾਂ ਹੋਈ, ਕੀ ਉਸ ਟਾਈਮ ਹੋਇਆ, ਕਿ ਉਹ ਸਭ ਸਾਡੇ ਨਾਲ ਹੋਇਆ, ਉਸ ਰਿਲੇਟਡ ਵੀਡੀਓਜ਼ ਬਣਾਈਆਂ ਨੇ। ਤਾਂ ਅੱਜ ਦੇ ਵੀਡੀਓਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਨੇ ਕਿ ਉਸ ਇੰਸੀਡੈਂਟ ਤੋਂ ਬਾਅਦ ਮੇਰੇ ਨਾਲ, ਮਤਲਬ ਇੱਕ ਵਰਡ ਹੈ ਨਾ ਕਿ ਡਿਪਰੈਸ਼ਨ, ਸਟ੍ਰੈਸ, ਟੈਂਸ਼ਨ, ਇਹੀ ਸ਼ੇਅਰ ਕਰਨੇ ਤੁਹਾਡੇ ਨਾਲ ਕਿ ਉਹ ਸਭ ਮੇਰੇ ਉੱਤੇ ਕਿੱਦਾਂ ਹਾਵੀ ਹੋ ਗਈਆਂ ਸਾਰੀਆਂ ਚੀਜ਼ਾਂ, ਫਿਰ ਕਿੱਦਾਂ ਮੈਂ ਉਹਨਾਂ ਸਾਰੀਆਂ ਚੀਜ਼ਾਂ ਤੋਂ ਬਾਹਰ ਆਈ। ਕਿਉਂਕਿ ਮੈਂ ਆਪਣੀ ਪਹਿਲੀ ਵੀਡੀਓ ਵਿੱਚ ਵੀ ਇਹੀ ਬੋਲਿਆ ਸੀ ਕਿ ਇੱਕ ਵੀਡੀਓ ਇੱਕ ਲੇਡੀ ਨੇ ਆਪਣੇ ਇਸ ਇੰਸੀਡੈਂਟ ਲਈ ਦੱਸਿਆ, ਤਾਂ ਮੈਂ ਉਸ ਕਮੈਂਟ ਸੈਕਸ਼ਨ ਨੂੰ ਦੇਖ ਕੇ ਬੜੀ ਹੈਰਾਨ ਹੋਈ ਕਿ ਕਿੰਨੀਆਂ ਹੀ ਲੇਡੀਜ਼ ਹੋਰ ਇੱਦਾਂ ਦੀਆਂ ਨੇ, ਕਿੰਨੀਆਂ ਹੀ ਮਦਰਸ ਹੋਰ ਇੱਦਾਂ ਦੀਆਂ ਨੇ ਜਿਨ੍ਹਾਂ ਨਾਲ ਇਹ ਇੰਸੀਡੈਂਟ ਹੋਇਆ, ਔਰ ਉਹ ਇੰਨੇ ਕੁ ਸਟ੍ਰੈਸਡ ਨੇ ਹੁਣ ਕਿ ਹੁਣ ਡਾਕਟਰਸ ਨੇ ਉਹਨਾਂ ਨੂੰ ਇਹ ਕਹਿਤਾ ਕਿ ਤੁਹਾਡੇ ਬੱਚਾ ਹੀ ਨਹੀਂ ਹੋ ਸਕਦਾ, ਉਹ ਹੋਪਲੈਸ ਹੋ ਗਈਆਂ ਨੇ। ਉਸ ਤੋਂ ਬਾਅਦ ਨਾ ਮਾਇੰਡ 'ਚ ਇੱਕ ਚੀਜ਼ ਆਈ ਕਿ ਇਸ ਟੋਪਿਕ 'ਤੇ ਮੈਂ ਵੀਡੀਓਜ਼ ਬਣਾਵਾਂ ਔਰ ਆਪਣੀ ਸਾਰੀ ਐਕਸਪੀਰੀਅੰਸ, ਆਪਣੀ ਸਾਰੀ ਜਰਨੀ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਾਂ, ਤਾਂ ਕਿ ਉਹਨਾਂ ਮਦਰਸ ਨੂੰ ਇੱਕ ਹੈਲਪ ਮਿਲੇ ਕਿ ਵੀ ਸਟ੍ਰੈਸ 'ਚੋਂ ਬਾਹਰ ਆਉਣਾ ਬਹੁਤ ਜ਼ਰੂਰੀ ਹੈ। ਅਗਰ ਤੁਸੀਂ ਦੁਬਾਰਾ ਬੱਚਾ ਕਰਨਾ ਚਾਹੁੰਦੇ ਹੋ, ਦੈਨ ਉਸ ਸਟ੍ਰੈਸ ਨੂੰ ਛੱਡ ਕੇ ਅੱਗੇ ਵਧਣਾ ਪਊਗਾ। ਉਸ ਤੋਂ ਬਾਅਦ ਮੇਰੇ ਮਾਇੰਡ 'ਚ ਆਇਆ ਕਿ ਮੈਂ ਇਸ ਟੋਪਿਕ 'ਤੇ ਵੀਡੀਓਜ਼ ਬਣਾਵਾਂ, ਤਾਂ ਮੈਂ ਆਪਣੀ ਵੀਡੀਓ ਸਟਾਰਟ ਕਰਨ ਲੱਗੀ ਹਾਂ ਕਿ ਲਾਸਟ ਵੀਡੀਓ ਵਿੱਚ ਮੈਂ ਐਂਡ ਕੀਤਾ ਸੀ ਕਿ ਮੇਰੇ ਬੱਚੇ ਦੀ ਜਦੋਂ ਡੈਥ ਹੋ ਗਈ ਤਾਂ ਮੈਂ ਆਪਣੇ ਪੇਰੈਂਟਸ ਦੇ ਹਾਊਸ ਸੀ ਉਸ ਟਾਈਮ। ਤੀਸਰੇ ਚੌਥੇ ਦਿਨ ਉਸ ਇੰਸੀਡੈਂਟ ਤੋਂ ਬਾਅਦ, ਤੀਸਰੇ ਚੌਥੇ ਦਿਨ ਮੈਂ ਆਪਣੇ ਹਸਬੈਂਡ ਦੇ ਨਾਲ ਵਾਪਸ ਆਪਣੇ ਲੋਜ਼ ਹਾਊਸ ਆ ਗਈ ਸੀ ਪਟਿਆਲੇ। ਮੇਰੇ ਹਸਬੈਂਡ ਮੇਰੇ ਨਾਲ 3-4 ਦਿਨ ਰਹੇ ਉੱਥੇ। ਫਿਰ ਫੈਮਿਲੀਜ਼ ਨੇ ਡਿਸਾਈਡ ਕੀਤਾ ਕਿ ਮੈਂ ਕੁਛ ਦਿਨ, ਇੱਕ 40 ਡੇਜ਼ ਵਾਲਾ ਵੀ ਹੈ ਇੱਕ, ਹੈ ਨਾ, ਕਿ ਆਫਟਰ ਡਿਲੀਵਰੀ ਰਹਿਣਾ ਹੁੰਦਾ, ਬਟ ਜਦੋਂ ਬੱਚਾ ਨਹੀਂ ਰਿਹਾ ਤਾਂ ਕਾਹਦੇ 40 ਡੇਜ਼ ਜੀ। ਤਾਂ ਸਭ ਨੇ, ਫੈਮਿਲੀਜ਼ ਨੇ ਡਿਸਾਈਡ ਕਰਿਆ ਕਿ ਮੈਂ ਹਲੇ 40 ਡੇਜ਼ ਉੱਥੇ ਰਹੂੰਗੀ ਅਤੇ ਮੇਰੇ ਹਸਬੈਂਡ ਵਾਪਸ ਆ ਜਾਣਗੇ। ਮੈਨੂੰ ਇਹ ਚੀਜ਼ ਠੀਕ ਨਹੀਂ ਲੱਗੀ, ਕਿਉਂਕਿ ਇੱਕ ਹੁੰਦਾ ਨਾ ਕਿ ਬੱਚਾ ਹੋ ਜਾਂਦਾ, ਸਭ ਕੁਛ ਖੁਸ਼ੀ ਖੁਸ਼ੀ ਸੀ, ਮੇਰੇ ਪੇਰੈਂਟਸ, ਮੈਂ ਆਪਣੇ ਪੇਰੈਂਟਸ ਦੇ ਹਾਊਸ ਖੁਸ਼ੀ ਖੁਸ਼ੀ ਰਹਿੰਦੀ ਉੱਥੇ, ਮੇਰੇ ਹਸਬੈਂਡ ਇੱਥੇ ਆ ਜਾਂਦੇ, ਖੁਸ਼ੀ ਮਨਾਉਂਦੇ, ਉਹਨਾਂ ਦਾ ਵਧੀਆ ਟਾਈਮ ਪਾਸ ਹੁੰਦਾ। ਪਰ ਜਦੋਂ ਐਡਾ ਵੱਡਾ ਇੰਸੀਡੈਂਟ ਹੋ ਗਿਆ, ਮੇਰਾ ਮਨ ਨਹੀਂ ਮੰਨਿਆ ਕਿ ਅਸੀਂ ਅਲੱਗ ਅਲੱਗ ਰਹੀਏ, ਮੈਂ ਉੱਥੇ ਰਹਾਂ, ਇੱਥੇ ਰਹਾਂ। ਮੈਂ ਆਪਣੇ ਘਰਦਿਆਂ ਨੂੰ ਸਾਈਡ 'ਤੇ ਕਰਕੇ ਡਿਸੀਜ਼ਨ ਲਿੱਤਾ ਕਿ ਮੈਂ ਆਪਣੇ ਹਸਬੈਂਡ ਦੇ ਨਾਲ ਹੀ ਵਾਪਸ ਜਾਊਂਗੀ, ਇਸ ਟਾਈਮ ਮੈਂ ਔਰ ਉਹ ਇਕੱਠੇ ਰਹਾਂਗੇ, ਇਹ ਇੰਨਾ ਔਖਾ ਟਾਈਮ ਅਸੀਂ ਇੱਕ ਦੂਜੇ ਨਾਲ ਹੀ ਕੱਢਣਾ। ਖੈਰ, ਸਭ ਨੇ ਮੇਰੇ ਇਸ ਡਿਸੀਜ਼ਨ ਨੂੰ ਐਗਰੀ ਕੀਤਾ ਅਤੇ ਮੈਂ ਔਰ ਮੇਰੇ ਹਸਬੈਂਡ ਡਿਲੀਵਰੀ ਤੋਂ ਆਈ ਥਿੰਕ ਤੀਸਰੇ ਚੌਥੇ ਦਿਨ ਵਾਪਸ ਆ ਗਏ ਸੀ ਇੱਥੇ। ਪਟਿਆਲੇ ਤੱਕ ਦੇ ਰਸਤੇ ਵਿੱਚ ਨਾ ਅਸੀਂ ਬਿਲਕੁਲ ਸਾਇਲੈਂਟ, ਸਾਨੂੰ ਕੋਈ ਗੱਲ ਹੀ ਨਹੀਂ ਸੀ ਮਿਲੀ ਕਿ ਅਸੀਂ ਕਰੀਏ, ਕਿਉਂ, ਕਿਉਂਕਿ ਜਿਸ ਟਾਈਮ ਅਸੀਂ ਜਾ ਰਹੇ ਸੀ, ਮੇਰੇ ਹਸਬੈਂਡ ਮੈਨੂੰ ਛੱਡਣ ਗਏ ਡਿਲੀਵਰੀ ਤੋਂ ਪਹਿਲੇ, ਉਸ ਟਾਈਮ ਨਾ ਬੜੀਆਂ ਉਹ ਸੀ ਕਿ ਗੱਲਾਂ ਕਰ ਰਹੇ ਸੀ ਅਸੀਂ ਕਿ ਹੁਣ ਜਦੋਂ ਨੈਕਸਟ ਟਾਈਮ ਇਸ ਰਸਤੇ ਤੋਂ ਵਾਪਸ ਆਉਣਾ ਹੈ ਤਾਂ ਬੱਚਾ ਸਾਡੇ ਨਾਲ ਹੋਊਗਾ, ਅਸੀਂ 2 ਜਾ ਰਹੇ ਹਾਂ, ਅਸੀਂ ਆਉਂਦੇ ਹੋਏ 3 ਹੋਵਾਂਗੇ। ਬਟ ਉਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਮੇਰੇ ਹਸਬੈਂਡ ਦੇ ਮਾਇੰਡ 'ਚ ਵੀ ਘੁੰਮ ਰਹੀਆਂ ਸੀ, ਮੇਰੇ ਮਾਇੰਡ 'ਚ ਵੀ, ਔਰ ਅੰਦਰ ਹੀ ਅੰਦਰ ਉਹ ਵੀ ਰੋ ਰਹੇ ਸੀ ਅਤੇ ਅੰਦਰ ਹੀ ਅੰਦਰ ਮੈਂ ਵੀ ਰੋ ਰਹੀ ਸੀ ਕਿ ਅਸੀਂ ਜਿੱਦਾਂ ਗਏ ਸੀ ਖੁਸ਼ੀ ਖੁਸ਼ੀ ਗਏ ਸੀ, ਅਸੀਂ ਉੱਦਾਂ ਵਾਪਸ ਨਹੀਂ ਆ ਰਹੇ, ਅਸੀਂ ਖਾਲੀ ਹੋ ਕੇ ਆ ਰਹੇ ਹਾਂ, ਸਾਡੇ ਕੋਲ ਬੱਚਾ ਨਹੀਂ ਹੈ ਅੱਜ। ਬਸ ਉਸ ਤੋਂ ਬਾਅਦ ਸਾਡਾ ਲਾਈਫ ਦਾ ਜਿਹੜਾ ਉਹ ਸੀਨ ਸੀ ਉਹ ਸਾਰੇ ਹੀ ਚੇਂਜ ਹੋ ਗਿਆ ਜਦੋਂ ਅਸੀਂ ਵਾਪਸ ਆਏ। ਅਸੀਂ ਕਿੱਦਾਂ ਖੁਸ਼ੀ ਖੁਸ਼ੀ ਆਪਣਾ ਘਰ ਛੱਡ ਕੇ ਗਏ ਸੀ, ਮੈਂ ਆਪਣੇ ਮਦਰ ਇਨ ਲਾਅ ਨੂੰ ਕਹਿ ਕੇ ਗਏ ਸੀ ਕਿ ਮੰਮਾ ਹੁਣ ਮੈਂ ਬੱਚਾ ਲੈ ਕੇ ਆਊਂਗੀ, ਅਤੇ ਮੈਂ ਆਈ ਖਾਲੀ। ਮੈਂ ਯਕੀਨ ਕਰਨਾ, ਮੈਂ ਜਦੋਂ ਕਾਰ ਘਰ ਦੇ ਬਾਹਰ ਰੁਕੀ, ਮੇਰੇ 'ਚ ਹਿੰਮਤ ਨਹੀਂ ਹੋ ਰਹੀ ਸੀ ਕਿ ਮੈਂ ਅੰਦਰ ਜਾਵਾਂ, ਮੈਨੂੰ ਲੱਗ ਰਿਹਾ ਸੀ ਕਿ ਮੈਂ ਕਿਹੜੇ ਮੂੰਹ ਨਾਲ ਅੰਦਰ ਜਾਵਾਂ। ਮੇਰੇ ਹਸਬੈਂਡ ਨੇ ਮੈਨੂੰ ਬਹੁਤ ਸਪੋਰਟ ਕੀਤਾ, ਮੇਰੇ ਹਸਬੈਂਡ ਨੇ ਮੇਰੀ ਬਹੁਤ ਕੇਅਰ ਕੀਤੀ ਹੈ ਉਸ ਤੋਂ ਬਾਅਦ, ਉਸ ਤੋਂ ਪਹਿਲੇ ਵੀ, ਖੈਰ ਉਹ ਮੇਰੀ ਪਹਿਲਾਂ ਵੀ ਉਹਨਾਂ ਨੇ ਬਹੁਤ ਕੇਅਰ ਕੀਤੀ ਹੈ, ਬਟ ਜਿਹੜਾ ਇੱਕ ਉਹ, ਹਾਲਾਂਕਿ ਉਹ ਖੁਦ ਵੀ ਉਨੀ ਪਰੇਸ਼ਾਨ ਸੀ ਜਿੰਨੀ ਮੈਂ ਸੀ, ਜਿੰਨਾ ਨੁਕਸਾਨ ਮੇਰਾ ਹੋਇਆ ਉਨਾ ਹੀ ਉਹਨਾਂ ਦਾ ਹੋਇਆ, ਅਗਰ ਮੇਰਾ ਐਜ਼ ਅ ਮਦਰ ਹੋਇਆ ਤਾਂ ਐਜ਼ ਅ ਫਾਦਰ ਉਹਨਾਂ ਦਾ ਵੀ ਹੋਇਆ। ਬਟ ਉਹਨਾਂ ਨੇ ਮੈਨੂੰ ਇੰਨੇ ਸਟਰੋਂਗਲੀ ਸੰਭਾਲਿਆ, ਮੈਨੂੰ ਉਹ ਬੜੇ ਉਸ ਨਾਲ ਅੰਦਰ ਲੈ ਕੇ ਗਏ ਕਿ ਨਹੀਂ ਤੂੰ ਚੱਲ ਅੰਦਰ, ਕੁਛ ਨਹੀਂ, ਤੂੰ ਮਨ ਨਹੀਂ ਖਰਾਬ ਕਰਨਾ ਆਪਣਾ। ਔਰ ਜਿਸ ਟਾਈਮ ਮੈਂ ਅੰਦਰ ਆਈ ਤਾਂ ਮੇਰੇ ਮਦਰ ਨੇ ਮੈਨੂੰ ਸਿਰਫ ਇੱਕੋ ਗੱਲ ਕਹੀ ਕਿ ਵਾਹਿਗੁਰੂ ਸੁੱਖਾਂ ਵਾਲਾ ਦਿਨ ਦੁਬਾਰਾ ਲੈ ਕੇ ਆਏਗਾ। ਉਸ ਤੋਂ ਬਾਅਦ ਅਸੀਂ ਸਾਰਾ ਦਿਨ ਮੋਬਾਈਲ ਦੇਖਦੇ ਰਹਿਣਾ, ਯੂਟਿਊਬ 'ਤੇ ਸਿਰਫ ਇੱਕੋ ਚੀਜ਼ ਸਰਚ ਕਰਦੇ ਰਹਿਣਾ ਕਿ ਕੀ ਹੋਇਆ ਸੀ,
ਕਿਉਂ ਡਿਲੀਵਰੀ ਦੌਰਾਨ ਇੱਦਾਂ ਦੀ ਕਿਹੜੀ ਗੱਲ ਨੇ ਸਾਡਾ ਬੱਚਾ ਸਾਡੇ ਤੋਂ ਲੈ ਲਿਆ। ਮੈਂ ਲਾਸਟ ਵੀਡੀਓ ਵਿੱਚ ਉਹ ਰੀਜ਼ਨ ਦੱਸਿਆ ਸੀ ਮੈਕੋਨੀਅਮ ਐਸਪੀਰੇਸ਼ਨ ਦਾ ਇੱਕ ਕੇਸ ਬਣਿਆ, ਉਸ ਚੀਜ਼ ਲਈ ਪੜ੍ਹੀ ਜਾਣਾ। ਮਤਲਬ ਸਾਨੂੰ ਖੁਦ ਨੂੰ ਨਹੀਂ ਪਤਾ ਕਿ ਅਸੀਂ ਕਿੰਨੀਆਂ ਕੁ ਵੀਡੀਓਜ਼ ਉਸ ਟੌਪਿਕ 'ਤੇ ਦੇਖ ਚੁੱਕੇ ਸੀ। ਮੇਰੇ 'ਚ ਤਾਂ ਇੰਨੀ ਵੀ ਹਿੰਮਤ ਨਹੀਂ ਹੁੰਦੀ ਸੀ ਕਿ ਮੈਂ ਉੱਠ ਕੇ ਬਾਹਰ ਲੋਬੀ ਤੱਕ ਹੀ ਆ ਜਾਵਾਂ। ਮੇਰਾ ਦਿਲ ਕਰਦਾ ਸੀ ਬਸ ਮੈਂ ਰੂਮ 'ਚ ਬੈਠੀ ਰਹਾਂ, ਲਾਈਟ ਔਫ ਹੋਵੇ ਔਰ ਮੈਂ ਰੋਈ ਜਾਵਾਂ, ਔਰ ਕਰਦੀ ਵੀ ਮੈਂ ਇੱਦਾਂ ਹੀ ਸੀ। ਜ਼ਰਾ ਕੁ ਮੇਰੇ ਹਸਬੈਂਡ ਨੇ ਮੈਨੂੰ ਛੱਡ ਕੇ ਕਿਸੇ ਕੰਮ ਜਾਣਾ ਤਾਂ ਮੈਂ ਇਕੱਲਿਆ ਹੋਣਾ, ਆਪਣੇ ਬੱਚੇ ਦੇ ਸਕੈਨ ਦੀਆਂ ਰਿਪੋਰਟਸ ਚੱਕਣੀਆਂ, ਉਹਨਾਂ ਨੂੰ ਦੇਖਣ ਲੱਗ ਜਾਣਾ ਉਹਨਾਂ ਵਿੱਚੋਂ। ਹਾਲਾਂਕਿ ਸਾਨੂੰ ਉਹ ਸਕੈਨ ਜ਼ਿਆਦਾ ਸਮਝ ਨਹੀਂ ਆਉਂਦਾ, ਡਾਕਟਰਸ ਨੂੰ ਤਾਂ ਪਤਾ ਹੈ ਕਿ ਸਕੈਨ ਵਿੱਚ ਕੀ ਹੈ, ਕਿ ਬੱਚੇ ਦਾ ਕਿਹੜਾ ਪਾਰਟ ਕਿੱਥੇ ਹੈ, ਹੈੱਡ ਕਿੱਥੇ ਹੈ, ਲੈਗਸ ਕਿੱਥੇ ਹੈ। ਸਾਨੂੰ ਅਸੀਂ ਕਿੰਨੀ ਵੀ ਕੋਸ਼ਿਸ਼ ਕਰ ਲਈਏ ਸਾਨੂੰ ਸਕੈਨ ਸਮਝ ਨਹੀਂ ਆਉਂਦਾ। ਮੈਂ ਬਸ ਸਕੈਨ ਰਿਪੋਰਟਸ ਚੱਕ ਕੇ ਉਹਨਾਂ ਵਿੱਚ ਆਪਣੇ ਬੱਚੇ ਦੀ ਫੋਟੋ ਲੱਭੀ ਜਾਣੀ, ਪਰ ਮੈਂ ਇਕੱਲਿਆਂ ਹੁੰਦੀ ਉਦੋਂ ਕਰਦੀ ਕਿਉਂਕਿ ਮੈਨੂੰ ਇਹ ਸੀ ਕਿ ਬੇਸ਼ੱਕ ਮੇਰੇ ਹਸਬੈਂਡ ਸਟਰੋਂਗਲੀ ਇਸ ਚੀਜ਼ ਨੂੰ ਫੇਸ ਕਰ ਰਹੇ ਨੇ, ਬਟ ਕਿਤੇ ਨਾ ਕਿਤੇ ਦੁਖੀ ਤਾਂ ਅੰਦਰੋਂ ਉਹ ਵੀ ਨੇ। ਮੈਂ ਸਾਹਮਣੇ ਰੋ ਲੈਂਦੀ ਹਾਂ, ਫਰਕ ਸਿਰਫ ਇੰਨਾ ਕਿ ਅੰਦਰ ਉਹ ਰੋ ਲੈਂਦੇ ਨੇ। ਸਾਰਾ ਦਿਨ ਰੋਈ ਜਾਣਾ, ਸਾਰਾ ਦਿਨ ਸੋਚੀ ਜਾਣਾ, ਸਾਰਾ ਦਿਨ ਵੀਡੀਓਜ਼ ਯੂਟਿਊਬ 'ਤੇ ਇਸ ਚੀਜ਼ ਨਾਲ ਰਿਲੇਟਡ ਸਰਚ ਕਰੀ ਜਾਣਾ, ਕਿਸੇ ਨਾਲ ਗੱਲ ਕਰਨ ਨੂੰ ਦਿਲ ਨਾ ਕਰਨਾ। ਕੋਈ ਫੋਨ ਆ ਜਾਂਦਾ ਸੀ ਨਾ ਕਿਸੇ ਰਿਸ਼ਤੇਦਾਰ ਦਾ ਜਾਂ ਕਿਸੇ ਫਰੈਂਡ ਦਾ, ਤਾਂ ਨਾ ਅੰਦਰੋਂ ਡਰ ਲੱਗਦਾ ਸੀ ਕਿ ਮੈਂ ਕੀ ਗੱਲ ਕਰਾਂ, ਮੈਂ ਨਹੀਂ ਗੱਲ ਕਰਨੀ। ਅੰਦਰੋਂ ਮਤਲਬ ਹੁੰਦਾ ਸੀ ਕਿ ਹੁਣ ਫੋਨ ਵੱਜ ਗਿਆ ਅਤੇ ਪਤਾ ਨਹੀਂ ਕੀ ਹੋ ਗਿਆ, ਮਤਲਬ ਕਿਸੇ ਨਾਲ ਗੱਲ ਕਰਨ ਤੋਂ ਡਰ ਲੱਗਣ ਲੱਗ ਗਿਆ ਸੀ। ਕੋਈ ਸੈਲੀਬ੍ਰੇਸ਼ਨ ਨਹੀਂ ਕਰਨ ਨੂੰ ਦਿਲ ਕਰਨਾ। ਯਕੀਨ ਕਰਨਾ, ਜਿਹੜਾ ਬੈਗ ਮੈਂ ਅੱਜ ਕੱਲ੍ਹ ਬੇਬੀ ਬੈਗ ਬਣ ਜਾਂਦੇ ਆ, ਹੈ ਨਾ, 9th month ਡਾਕਟਰਸ ਵੀ ਕਹਿ ਦਿੰਦੇ ਆ ਕਿ ਬੱਚੇ ਦਾ ਬੈਗ ਬਣਾਉਣਾ ਸ਼ੁਰੂ ਕਰ ਲਓ, ਤਾਂ ਜਿਹੜਾ ਬੈਗ ਅਸੀਂ ਰੈਡੀ ਕਰਕੇ ਲੈ ਕੇ ਗਏ ਸੀ, ਅਸੀਂ ਉਸ ਬੈਗ ਨੂੰ 3-4 ਮਹੀਨੇ ਤੱਕ ਹੱਥ ਨਹੀਂ ਸੀ ਲਗਾਇਆ। ਨਾ ਤਾਂ ਮੇਰੇ ਵਿੱਚ ਹਿੰਮਤ ਹੋ ਰਹੀ ਸੀ ਉਸ ਬੈਗ ਨੂੰ ਓਪਨ ਕਰਕੇ ਅਨਪੈਕ ਕਰਨ ਦੀ, ਨਾ ਹੀ ਮੇਰੇ ਹਸਬੈਂਡ 'ਚ ਹੋ ਰਹੀ ਸੀ। ਅਸੀਂ ਉਸ ਬੈਗ ਨੂੰ ਐਜ਼ ਇਟ ਇਜ਼ ਲਿਆ ਕੇ ਅਲਮਾਰੀ 'ਚ ਰੱਖਤਾ ਸੀ ਸਾਈਡ 'ਤੇ, ਔਰ ਅਸੀਂ ਉਸਨੂੰ ਦੇਖਣ ਦੀ ਵੀ ਹਿੰਮਤ ਨਹੀਂ ਸੀ ਸਾਡੇ ਵਿੱਚ। ਕਾਫੀ ਟਾਈਮ ਬਾਅਦ ਜਦੋਂ ਥੋੜ੍ਹਾ ਅਸੀਂ ਵੀ ਸੈੱਟ ਹੋ ਗਏ, ਥੋੜ੍ਹਾ ਟਾਈਮ ਵੀ ਨਿਕਲ ਗਿਆ, ਫਿਰ ਮੈਂ ਉਸਨੂੰ ਅਨਪੈਕ ਕੀਤਾ, ਉਹਨਾਂ ਸਾਰੀਆਂ ਚੀਜ਼ਾਂ ਨੂੰ ਪਿਆਰ ਕੀਤਾ। ਉਹ ਕੁਛ ਰਿਸ਼ਤੇਦਾਰ ਹੁੰਦੇ ਹੈ, ਕੁਛ ਖੈਰ ਸਭ ਦੀ ਆਪਣੀ ਵੀ ਸੋਚ ਹੁੰਦੀ ਹੈ, ਸਾਡੇ ਭਲੇ ਲਈ ਹੀ ਸਾਨੂੰ ਅਗਲਾ ਕੁਛ ਕਹਿੰਦਾ ਹੈ। ਤਾਂ ਕਈਆਂ ਨੇ ਸਾਨੂੰ ਕਿਹਾ ਕਿ ਬੱਚੇ ਦੀਆਂ ਜਿੰਨੀਆਂ ਵੀ ਚੀਜ਼ਾਂ ਨੇ ਤੁਸੀਂ ਸਾਰੀਆਂ ਡਿਸਪੋਜ਼ ਆਫ ਕਰ ਦਿਓ, ਡਿਸਟਰੋਏ ਕਰ ਦਿਓ, ਪਾਣੀ ਵਿੱਚ ਤਾਰ ਦਿਓ, ਜਾਂ ਜਿਸਨੇ ਵੀ ਆਪਣੇ ਆਪਣੇ ਕਸਟਮ ਦੇ ਹਿਸਾਬ ਨਾਲ ਸੁਜੈਸ਼ਨ ਦਿੱਤੀਆਂ। ਬਟ ਮੈਨੇ ਔਰ ਮੇਰੇ ਹਸਬੈਂਡ ਨੇ ਡਿਸਾਈਡ ਕੀਤਾ ਕਿ ਨਹੀਂ, ਇਹਨਾਂ ਗੱਲਾਂ ਵਿੱਚ ਕੁਛ ਨਹੀਂ ਹੈਗਾ, ਇਹ ਚੀਜ਼ਾਂ ਅੱਜ ਵੀ ਉਸਦੀਆਂ ਨੇ, ਇਹ ਚੀਜ਼ਾਂ ਕੱਲ੍ਹ ਨੂੰ ਵੀ ਉਸਦੀਆਂ ਰਹਿਣਗੀਆਂ। ਕੀ ਹੋ ਗਿਆ ਕੱਪੜਿਆਂ ਨੂੰ, ਕੀ ਹੋ ਗਿਆ ਉਹਦੇ ਟੋਇਜ਼ ਨੂੰ, ਕੀ ਹੋ ਗਿਆ ਨਾ ਟਾਵਲਸ ਨੂੰ ਜਿਹੜੇ ਅਸੀਂ ਲਿੱਤੇ ਸੀ ਉਹਦੇ ਲਈ, ਕੁਛ ਵੀ ਨਹੀਂ ਹੋਇਆ। ਅਸੀਂ ਇੱਕ ਦੂਜੇ ਨੇ ਇਹ ਡਿਸਾਈਡ ਕੀਤਾ ਕਿ ਅਸੀਂ ਚੀਜ਼ਾਂ ਡਿਸਟਰੋਏ ਨਹੀਂ ਕਰਾਂਗੇ, ਸਾਡਾ ਬੱਚਾ ਦੁਬਾਰਾ ਆਊਗਾ ਔਰ ਇਹਨਾਂ ਚੀਜ਼ਾਂ ਨੂੰ ਦੁਬਾਰਾ ਯੂਜ਼ ਕਰੂਗਾ। ਅਸੀਂ ਉਹਨਾਂ ਚੀਜ਼ਾਂ ਨੂੰ ਜਦੋਂ ਅਨਪੈਕ ਕੀਤਾ ਕੁਛ ਮਹੀਨਿਆਂ ਬਾਅਦ, ਅਸੀਂ ਉਹਨਾਂ ਨੂੰ ਪਿਆਰ ਕਰਿਆ, ਉਹਦੀਆਂ ਚੀਜ਼ਾਂ ਨੂੰ ਪਾਠ ਕਰਿਆ, ਅਰਦਾਸ ਕਰਕੇ ਉਹਨਾਂ ਨੂੰ ਦੁਬਾਰਾ ਸੰਭਾਲ ਕੇ ਰੱਖਤਾ, ਇਸ ਆਸ ਨਾਲ ਕਿ ਬੱਚਾ ਦੁਬਾਰਾ ਆਏਗਾ ਔਰ ਇਹਨਾਂ ਚੀਜ਼ਾਂ ਨੂੰ ਯੂਜ਼ ਕਰੇਗਾ। ਗੱਲ ਕਰਦੇ ਹਾਂ ਮੇਰੇ ਡਿਪਰੈਸ਼ਨ ਦੀ, ਤਾਂ ਉਸ ਮੇਰੇ ਇੰਸੀਡੈਂਟ ਤੋਂ ਬਾਅਦ ਨਾ ਰਿਸ਼ਤੇਦਾਰੀ ਵਿੱਚ ਇੱਕ ਦੋ ਫੰਕਸ਼ਨਸ ਆਏ, ਇੱਕ ਦੋ ਮੈਰਿਜਿਸ ਆਈਆਂ, ਅਤੇ ਉਹਨਾਂ ਨੇ ਵੀ ਕਿਹਾ ਕਿ ਇਨਵੋਲਵ ਹੋਵੋ ਇਸ ਫੰਕਸ਼ਨ ਦੇ ਵਿੱਚ, ਥੋੜ੍ਹਾ ਮਾਇੰਡ ਸੈੱਟ ਹੋਊਗਾ, ਥੋੜ੍ਹਾ ਨਿਸ਼ੀ ਦਾ ਮਾਇੰਡ ਚੇਂਜ ਹੋਊਗਾ। ਉਹਨਾਂ ਨੇ ਸਾਰੀ ਰਿਸਪੋਂਸੀਬਿਲਟੀਜ਼ ਈਵਨ ਸਾਨੂੰ ਦੇ ਦਿੱਤੀਆਂ ਕਿ ਤੁਸੀਂ ਅਗਰ ਇਹਨਾਂ ਵਿੱਚ ਬਿਜ਼ੀ ਹੋਵੋਗੇ ਤਾਂ ਤੁਹਾਡਾ ਮਾਇੰਡ ਥੋੜ੍ਹਾ ਸੈੱਟ ਹੋਊਗਾ, ਤੁਸੀਂ ਉਸ ਫੇਸ 'ਚੋਂ ਬਾਹਰ ਨਿਕਲੋਗੇ। ਤਾਂ ਥੈਂਕਸ ਉਹਨਾਂ ਦਾ ਕਿ ਉਹਨਾਂ ਨੇ ਸਾਨੂੰ ਇਸ ਲਾਇਕ ਸਮਝਿਆ, ਔਰ ਕਿਤੇ ਨਾ ਕਿਤੇ ਉਸ ਚੀਜ਼ ਵਿੱਚ ਇਨਵੋਲਵ ਹੋਣ ਨਾਲ ਸਾਨੂੰ ਇੱਕ ਹੈਲਪ ਮਿਲੀ ਉਸ ਫੇਸ 'ਚੋਂ ਬਾਹਰ ਆਉਣ ਲਈ, ਕਿਉਂਕਿ ਅਸੀਂ ਉੱਧਰ ਬਿਜ਼ੀ ਆਪਣੇ ਮਾਇੰਡ ਨੂੰ ਕਰ ਲਿਆ। ਬਟ ਬਹੁਤ ਔਖਾ ਟਾਈਮ ਸੀ। ਨੁਕਸਾਨ ਕੀ ਹੋਏ ਮੈਨੂੰ ਉਸ ਡਿਪਰੈਸ਼ਨ ਨੂੰ ਆਪਣੇ ਮਾਇੰਡ ਉੱਤੇ ਹਾਵੀ ਕਰਨ ਨਾਲ, ਮੈਂ ਆਪਣੀ ਬੋਡੀ ਦਾ ਧਿਆਨ ਨਹੀਂ ਰੱਖਿਆ, ਮੈਂ ਫੈਟੀ ਹੋ ਗਈ, ਫੈਟ ਚੜ ਗਈ ਮੇਰੀ ਬੋਡੀ 'ਤੇ। ਬੱਚਾ ਹੁੰਦਾ ਖੁਸ਼ੀ ਖੁਸ਼ੀ ਮੈਂ ਆਪਣਾ ਵੀ ਧਿਆਨ ਰੱਖਦੀ, ਬੱਚੇ ਦਾ ਵੀ ਰੱਖਦੀ, ਮੇਰਾ ਸੀਨੇਰੀ ਹੀ ਹੋਰ ਹੋਣਾ ਸੀ, ਸੀਨ ਹੀ ਕੁਛ ਹੋਰ ਹੋਣਾ ਸੀ ਘਰ ਦੇ ਵਿੱਚ ਜਾਂ ਆਪਣੇ ਆਪ ਨਾਲ। ਹਰ ਟਾਈਮ ਬੈਠੇ ਰਹਿਣਾ, ਸੋਚੀ ਜਾਣਾ, ਸੋਚ ਨੇ ਮੇਰਾ ਸਾਰਾ ਸਿਸਟਮ ਖਰਾਬ ਕਰਤਾ, ਸੋਚ ਸੋਚ ਕੇ ਨੈਗੇਟਿਵਿਟੀ ਆ ਗਈ ਮੇਰੇ ਮਾਇੰਡ 'ਤੇ। ਮਤਲਬ ਕੋਈ ਵੀ ਚੀਜ਼ ਹੈ ਮੈਂ ਉਸਨੂੰ ਪਹਿਲਾਂ ਸੋਚਣ ਲੱਗ ਜਾਂ ਕਿ ਨੁਕਸਾਨ ਨਾ ਹੋ ਜਾਵੇ। ਕਿਸੇ ਬੱਚੇ ਨੂੰ ਮਿਲਣ ਤੋਂ ਡਰਨ ਲੱਗ ਗਈ ਮੈਂ, ਕਿ ਅਗਰ ਹੋਣਾ ਸੀ ਨਾ ਕਿ ਕਿਸੇ ਰਿਸ਼ਤੇਦਾਰ ਨੇ ਘਰ ਆਉਣਾ, ਉਹਨਾਂ ਦੇ ਬੱਚੇ ਆਉਣਗੇ ਜਾਂ ਕਲੋਨੀ ਵਿੱਚ ਨਿਕਲ ਲੈਣ ਕਿਸੇ ਦੇ ਘਰ ਬੱਚਾ, ਖੁਦ ਆਪਣੇ ਭੈਣ ਭਾਈਆਂ ਦੇ ਬੱਚਿਆਂ ਨੂੰ ਮਿਲਣ ਤੋਂ ਡਰਨ ਲੱਗ ਗਈ ਸੀ ਮੈਂ
कि नहीं मैं अवॉइड करन लग गई कि नहीं मिलना, नहीं जाना उथे, या नहीं आना उन्होंने इथे, या मतलब इकट्ठे नहीं होना, मतलब डर बैठ गया मन च कि मैं बच्चे नू नहीं मिलना, कितने उन्होंने ना कुछ हो जाए, मतलब अपने आप नू मैं दोषी मनन लग गई कि भी मेरी वजह नाल वो बच्चा गया ते कितने किसी होर दे बच्चे का नुकसान ना मैं करता, इथों तक की फीलिंग आ गई सी मेरे माइंड दे विच। एक ना टीवी विच शोज आते हैं IVF ट्रीटमेंट दी ऐड दे, है ना, उहदे विच बोलदे आ कि बांझपन नू किदां दूर करना है, अगर तुहाडे बच्चा नहीं हो रहा, तुहाडे ट्यूब्स बंद है, या तुहाडे यूट्रस दे विच कोई प्रॉब्लम है, मतलब ना मैं वो शोज देखण लग गई, वो शोज देख के अपने आप नू उस चीज़ दे उत्ते लैण लग गई कि किते मैं बांझ तां नहीं बन गई हाँ, किते मैं किते बांझपन वाला सीन ना हो जाए मेरे नाल, या मेरे ट्यूब्स ना ब्लॉक हो जाए, या मेरी यूट्रस च ना कोई प्रॉब्लम आ जाए, या मैनू IVF ना करवाना पै जाए, वो सारा कुछ मतलब टीवी का शो सुन के अपने आप नू रियलिटी विच लै लिया मैंने, इदा दे शोज देखण लग गई मैं। घर च असीं बर्थडे सैलीब्रेट करने बंद करते, उस तों बाद कहड़े मुँह नाल मनाते, जदों घर दे विच एक बच्चे की डैथ हो गई तां असीं अपने बर्थडे किस मुँह नाल मनाइए, असीं बर्थडे बंद करते मनाने, असीं कोई सैलीब्रेशन घर दे विच होनी तां असीं पहले ही कह देना कि नहीं असीं नहीं करनी, क्योंकि कितना ना साडे माइंड च गल आ गई कि हुण जदों बच्चा आएगा ना असीं उदों ही करांगे, सब बच्चा आएगा असीं उदों ही सैलीब्रेशन करनी है, कोई शॉपिंग नहीं करन नूं दिल करदा सी मेरा, अपने लिए कपड़े तक खरीदने लिए दिल नहीं सी करदा कि हाँ जी चलो हुण कोई गर्मी सर्दी दी चीज़ खरीद ली, नहीं, और असीं कीती भी नहीं, साडा दिल ही नहीं करिया, मतलब ऐ लगदा सी कि रुक गई है लाइफ। मैं लास्ट वीडियो विच भी कहा सी कि मैंने अपने आप नूं रोक लिया सी, मैं रुक गई सी एक जगह ते कि हुण अगे कुछ भी नहीं हैगा, बस जो है ही है, मैं दुखी हाँ, मैं दुखी रहना है, ईवन के कितना ना अपने दुख नाल प्यार हो गया सी कि भी रोना ही बेटर है, हसन तो डर लगन लग गया सी, किसी ना हस के गल करदे डर लगन लग गया सी, शर्म आने लग गई सी अपने आप नूं कि असीं हस रहे हाँ, या किसी टाइम किसी फंक्शन ते जा रहे हाँ तां फील हुंदा सी कि असीं क्यों जा रहे हाँ, हालांकि बुलाने वाला भी सानूं साडा माइंड चेंज करने लई बुलांदा सी, या भेजन वाला भी करदा जदों वड्डा हुंदा कि कहिंदा कि चलो जाओ किसी फंक्शन ते, वो भी यही सोच के जांदा कि चलो बच्चे का मन होर होगा, बट कितने ना कितने असीं आपस भी हसबेंड वाइफ यही गल करते कि असीं इस फंक्शन ते क्यों आए हाँ, सानूं आना चाहिए सी इस फंक्शन ते, सानूं शर्म नहीं आ रही असीं इस फंक्शन ते आए हाँ, साडे बच्चे ते डैथ हो गई, मतलब दिमाग दे विच ना उस चीज़ ने घर कर लिया कि हुण असीं कुछ नहीं कर सकते, और इस चीज़ दे विच असीं इह सितंबर 2015 दी गल है बच्चे वाली, और असीं आई थिंक 1.5-2 साल तक इसे चीज़ नाल अपने आप नूं कंटिन्यू रखिया अपनी लाइफ में। एक होंदा ना कि कोई वैसे दुखी हो गया उसदे ते दुख आया आया ठीक है, साडे ते दुख आया असीं दुखी होए, बट एक होंदा ना कि उस दुख नाल प्यार हो गया, दिल नहीं कर रहा खुश होने का, दिल नहीं कर रहा हसन का, दिल नहीं कर रहा किसी नाल मिलन का, दिल नहीं कर रहा किसी फंक्शन ते जाण का, तां असीं उस चीज़ नूं एक्सैप्ट कर लिया सी कि असीं इदां ही रहना, एटलीस्ट जिन्ना चिर तक बच्चा नहीं हुंदा, असीं एक चीज़ मैं तुहानूं दसां असीं एक चीज़ भुल गए सी कि अगर असीं इदां ही रहांगे तां असीं बच्चा कित्थों लै लवांगे, अगर साडी बॉडी च स्ट्रैस रहा, साडी बॉडी च डिप्रैशन रहा, तां असीं बच्चा कित्थों लै लवांगे, क्योंकि तुसीं एक चीज़ नोट करी होनी अज कल डॉक्टर जदों असीं इस प्रॉब्लम लई जाने हाँ कि सानूं कंसीव नहीं हो रहा या सानूं बच्चा नहीं हो रहा, तां डॉक्टर कहिंदे कि स्ट्रैस छड्डो, अपने माइंड नूं चेंज करो, घूमन चले जाओ। मेरे हस्बैंड ने अपने आप नूं जल्दी सैट कर लिया क्योंकि उन्होंने पता सी कि अगर वो सैट रहेंगे तो ही वो मैनू संभाल सकनगे। सारे रिश्तेदारों ने सानू हर टाइम यही समझाना कि खुश रहा करो, अगले बच्चे लिए सोचो। एक साडे बड़े खास फैमिली फ्रेंड है या फैमिली डॉक्टर है, तुसी उन्हें कुछ भी कह लो, सानू कोई भी प्रॉब्लम आती असं उन्होंने को चले जाते हैं, चाहे वह मैडिकल होवे, चाहे वह इमोशनल होवे, स्पिरिचुअल होवे, असं उन्होंने को चले जाते हैं, बड़ी पॉजिटिव वाइब्स आदि ने उन्होंने को, उन्होंने तो परमिशन लैके मैं कदे किसी वीडियो में तुम्हें दस भी दूंगी कि कौन ने पटियाले दे ही है, उन्होंने सानू भी समझाया कि अगर तुसी इस चीज़ से बाहर आओगे दैन तुसी अगले बच्चे लिए सोच सकोगे। मेरे हस्बैंड ने मेरे लिए कुछ बुक्स मंगवाइयाँ ताकि मैं बुक्स पढ़ा, मेरा माइंड सैट हो, मेरे लिए टीवी शोज वो हर टाइम मतलब कहते रहते तू इदा का शो देख लै, तू आ टीवी सीरियल देख लै, तू इदा की मूवी देख लै। एक टाइम यह जहाँ आ गया जो उन्होंने कहा कि निशी हम इस चीज़ पर सोचना बंद कर दे कि होया अपने नाल, हूँ आप इस चीज़ लिए सोचिए कि अगे की करना है अपने। उन्होंने बुक्स नाल मैनू बड़ी हैल्प मिली,
ਫਰੈਂਡਸ ਦੀ ਰਿਸ਼ਤੇਦਾਰਾਂ ਦੀ ਪੋਜ਼ਿਟਿਵ ਪੋਜ਼ਿਟਿਵ ਸੁਜੈਸ਼ਨਸ ਨਾਲ ਮੈਨੂੰ ਬਹੁਤ ਹੈਲਪ ਮਿਲੀ। ਔਰ ਇੱਕ ਜਿਹੜੀ ਮੇਨ ਚੀਜ਼ ਹੈ ਜਿਸਨੇ ਸਾਨੂੰ ਮੈਨੂੰ ਔਰ ਮੇਰੇ ਹਸਬੈਂਡ ਦੋਨਾਂ ਨੂੰ ਇਸ ਚੀਜ਼ ਤੋਂ ਬਾਹਰ ਕੱਢਿਆ, ਸਾਡੇ ਪਟਿਆਲੇ ਵਿੱਚ ਇੱਕ ਗੁਰਦੁਆਰਾ ਹੈ, ਨਾਮ ਨਹੀਂ ਮੈਂ ਲਊਂਗੀ ਫਿਲਹਾਲ ਕਿਉਂਕਿ ਹਲੇ ਮੈਂ ਕਿਸੇ ਦਾ ਵੀ ਨਾਮ ਤੁਸੀਂ ਨੋਟ ਕਰਿਆ ਹੋਊਗਾ, ਮੈਂ ਡਾਕਟਰਸ ਦਾ ਵੀ ਕਿਸੇ ਦਾ ਲਾਸਟ ਵੀਡੀਓਜ਼ ਦੇ ਵਿੱਚ ਨਾਮ ਨਹੀਂ ਲਿੱਤਾ, ਨਾ ਹੀ ਸੁਨਾਮ ਵਾਲੇ ਨਾ ਹੀ ਪਟਿਆਲੇ ਵਾਲੇ। ਹੁਣ ਵੀ ਮੈਂ ਨਾਮ ਫਿਲਹਾਲ ਕਿਸੇ ਦਾ ਨਹੀਂ ਲਊਂਗੀ, ਬਸ ਸਿਰਫ ਇੱਕ ਦੱਸਣ ਲੱਗਿਆ ਤੁਹਾਨੂੰ ਕਿ ਉਸ ਡਿਪਰੈਸ਼ਨ ਵਿੱਚੋਂ ਨਿਕਲਣ ਦਾ ਜਿਹੜਾ ਸਾਡਾ ਮੇਨ ਕਾਰਨ ਬਣਿਆ, ਠੀਕ ਹੈ, ਬੁੱਕਸ ਸੀ, ਟੀ ਵੀ ਸ਼ੋ ਸੀ, ਜਾਂ ਕਦੇ ਮੈਨੂੰ ਮੌਲ ਲੈ ਗਏ ਜਾਂ ਬਾਜ਼ਾਰ ਲੈ ਗਏ ਜਾਂ ਕਿਸੇ ਰਿਸ਼ਤੇਦਾਰ ਦੇ ਲੈ ਗਏ, ਕਿਸੇ ਫਰੈਂਡ ਦੇ ਲੈ ਗਏ, ਉਹ ਸਾਰੀਆਂ ਗੱਲਾਂ ਅਲੱਗ ਹੈ, ਉਹ ਵੀ ਇੱਕ ਬਹੁਤ ਵੱਡਾ ਰੋਲ ਪਲੇ ਕਰ ਗਈਆਂ ਮੇਰੀ ਲਾਈਫ ਦੇ ਵਿੱਚ। ਬਟ ਜਿਹੜੀ ਇੱਕ ਮੇਨ ਚੀਜ਼ ਸੀ, ਸਾਨੂੰ ਪਤਾ ਵੀ ਸੀ ਖੈਰ ਉਹਨਾਂ ਦਾ, ਔਰ ਸਾਨੂੰ ਕਿਸੇ ਨੇ ਸੁਜੈਸਟ ਵੀ ਫਿਰ ਕਰਿਆ, ਇੱਥੇ ਇੱਕ ਗੁਰਦੁਆਰਾ ਹੈ ਉੱਥੇ ਇੱਕ ਸੰਤ ਬੈਠਦੇ ਹੈ, ਸਾਨੂੰ ਕਿਸੇ ਨੇ ਕਿਹਾ, ਮੇਰੇ ਹਸਬੈਂਡ ਨੂੰ ਕਿਸੇ ਨੇ ਕਿਹਾ ਕਿ ਤੁਸੀਂ ਉਹਨਾਂ ਕੋਲ ਜਾਓ, ਤੁਹਾਨੂੰ ਜ਼ਰੂਰ ਕੋਈ ਨਾ ਕੋਈ ਰਸਤਾ ਮਿਲੂਗਾ। ਅਸੀਂ ਉਹਨਾਂ ਕੋਲ ਗਏ ਔਰ ਉਹ ਸਾਡੀ ਜ਼ਿੰਦਗੀ ਦਾ ਬਹੁਤ ਹੀ ਵੱਡਾ ਦਿਨ ਸੀ ਕਿ ਅਸੀਂ ਉੱਥੇ ਗਏ, ਕਿਉਂਕਿ ਉੱਥੇ ਜਾਣ ਤੋਂ ਬਾਅਦ ਸਾਡੀ ਲਾਈਫ ਆਲ ਟੂਗੈਦਰ ਚੇਂਜ ਹੋ ਗਈ। ਅਸੀਂ ਉਹਨਾਂ ਕੋਲ ਗਏ, ਅਸੀਂ ਆਪਣਾ ਸਾਰਾ ਇੰਸੀਡੈਂਟ ਦੱਸਿਆ, ਉਹਨਾਂ ਨੇ ਸਾਨੂੰ ਸਿਰਫ ਇੱਕੋ ਗੱਲ ਕਹੀ ਕਿ ਪਾਠ ਕਰੋ, ਸਭ ਕੁਛ ਠੀਕ ਹੋਊਗਾ। ਔਰ ਅਸੀਂ ਜਦੋਂ ਉੱਥੋਂ ਆਏ ਨਾ, ਉੱਥੋਂ ਆਉਣ ਤੋਂ ਬਾਅਦ ਸਾਡੇ ਅੰਦਰ ਵਾਈਬਸ ਹੀ ਹੋਰ ਹੋ ਗਈਆਂ। ਹਾਲਾਂਕਿ ਸਭ ਨੇ ਸਾਨੂੰ ਕਿਹਾ ਕਿ ਉਸ ਗੁਰਦੁਆਰੇ ਚਲੇ ਜਾਓ, ਉਸ ਜਗ੍ਹਾ ਚਲੇ ਜਾਓ, ਮੱਥਾ ਟੇਕਾਓ, ਅਸੀਂ ਕਈ ਜਗ੍ਹਾ ਮੱਥੇ ਵੀ ਟੇਕ ਕੇ ਆਏ, ਅਸੀਂ ਕਈ ਜਗ੍ਹਾ ਜਿਸਨੇ ਜੋ ਜੋ ਕਿਹਾ ਅਸੀਂ ਉਹ ਕਰਦੇ ਵੀ ਰਹੇ। ਖੈਰ ਇਹ ਚੀਜ਼ ਆਪਾਂ ਸਭ ਨੂੰ ਹੀ, ਤੁਸੀਂ ਕਹੋਗੇ ਕਿ ਇਹਦੇ 'ਚ ਕਿੰਨੀ ਕੁ ਵੱਡੀ ਖਾਸ ਗੱਲ ਹੈ, ਸਭ ਨੂੰ ਪਤਾ ਕਿ ਹਾਂ ਰੱਬ ਦਾ ਨਾਂ ਹੀ ਸਭ ਕੁਛ ਕਰਦਾ ਹੈ, ਪਰ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਕਿ ਅਸੀਂ ਉਸਨੂੰ ਟਾਈਮ 'ਤੇ ਨਹੀਂ ਯਾਦ ਰੱਖਦੇ। ਅਗਰ ਜਿਹੜੇ ਉਹ 1.5-2 ਸਾਲ ਮੈਂ ਡਿਪਰੈਸ਼ਨ 'ਚ ਕੱਢੇ ਹੈ, ਮੈਂ ਉਦੋਂ ਇਹ ਸਭ ਕੀਤਾ ਹੁੰਦਾ? ਜਿੱਦਾਂ ਕਹਿੰਦੇ ਨੇ ਕਿ ਕੋਈ ਨਾ ਕੋਈ ਤੁਹਾਨੂੰ ਆਉਂਦਾ ਹੈ ਸਮਝਾਉਣ ਲਈ, ਤਾਂ ਹੀ ਤੁਹਾਨੂੰ ਕੁਛ ਗੱਲਾਂ ਸਮਝ ਆਉਂਦੀਆਂ ਨੇ, ਚਾਹੇ ਤੁਹਾਡੇ ਲੱਖ ਮਾਇੰਡ ਵਿੱਚ ਬੈਠੀਆਂ ਹੋਣ ਪਹਿਲਾਂ ਹੀ। ਲੱਖ ਸਾਨੂੰ ਪਤਾ ਸੀ ਕਿ ਸਾਨੂੰ ਪਰਮਾਤਮਾ ਦਾ ਨਾਮ ਜਪ ਕੇ ਹੀ ਸਭ ਕੁਛ ਮਿਲ ਸਕਦਾ ਹੈ, ਪਰ ਅਸੀਂ ਉਸ ਚੀਜ਼ ਨੂੰ ਸਮਝ ਨਹੀਂ ਰਹੇ ਸੀ, ਅਸੀਂ ਡਿਪਰੈਸ ਹੋ ਕੇ ਬੈਠੇ ਸੀ। ਪਰ ਅਸੀਂ ਉੱਥੇ ਗਏ, ਉਹਨਾਂ ਕੋਲੋਂ ਅਸੀਂ ਜਿਹੜੀਆਂ ਵਾਈਬਸ ਲੈ ਕੇ ਆਏ, ਕਹਿੰਦੇ ਨਾ ਹਰ ਇੱਕ ਚੀਜ਼ ਦੀਆਂ, ਹਰ ਇੱਕ ਪਰਸਨ ਦੀਆਂ ਆਪਣੀਆਂ ਵਾਈਬਸ ਹੁੰਦੀਆਂ ਨੇ, ਉਹਨਾਂ ਕੋਲੋਂ ਜਿਹੜੀ ਅਸੀਂ ਵਾਈਬਸ ਲੈ ਕੇ ਆਏ, ਬਸ ਉਸ ਤੋਂ ਬਾਅਦ ਤਾਂ ਸਾਡੀ ਲਾਈਫ ਹੀ ਚੇਂਜ ਹੋ ਗਈ। ਉਹਨਾਂ ਨੇ ਸਾਨੂੰ ਪਾਠ ਦੱਸੇ, ਅਸੀਂ ਜਿੰਨੇ ਦਿਨ ਦੇ ਉਹ ਪਾਠ ਦੱਸੇ ਸੀ, ਉਨੇ ਦਿਨ ਦੇ ਪਾਠ ਕਰਕੇ ਉਹਨਾਂ ਕੋਲ ਫਿਰ ਜਾਣਾ, ਫਿਰ ਉਹਨਾਂ ਨੇ ਸਾਨੂੰ ਦੱਸਣਾ ਕਿ ਇੰਨੇ ਦਿਨ ਦੇ ਫਿਰ ਪਾਠ ਕਰੋ। ਇੱਦਾਂ ਹੀ ਚੱਲਦਾ ਰਿਹਾ, ਪਾਠ ਕਰਦੇ ਰਹੇ, ਮੇਰਾ ਵੀ ਮਾਇੰਡ ਕਾਫੀ ਜ਼ਿਆਦਾ ਟਾਈਮ ਟੂ ਟਾਈਮ ਸੈੱਟ ਹੁੰਦਾ ਰਿਹਾ। 1.5 ਸਾਲ ਮੈਂ ਫਿਰ ਪਾਠ ਕਰੇ, ਉਸ ਤੋਂ ਬਾਅਦ ਫਿਰ ਅਸੀਂ ਜਾਂਦੇ ਰਹੇ ਉਹਨਾਂ ਕੋਲ ਟਾਈਮ ਟੂ ਟਾਈਮ, ਜਿੰਨੇ ਜਿੰਨੇ ਦਿਨ ਦਾ ਉਹ ਪਾਠ ਸਾਨੂੰ ਦੱਸਦੇ ਸੀ ਅਸੀਂ ਉਹਨਾਂ ਕੋਲ ਜਾਂਦੇ ਰਹੀਏ। ਫਿਰ ਮੇਰੇ ਜਿਹੜਾ ਡਿਪਰੈਸ਼ਨ ਦਾ ਟਾਈਮ ਸੀ ਨਾ, ਉਸ ਪਾਠ ਨੇ ਕੱਟਤਾ ਸਾਰਾ। ਇਸ ਦੌਰਾਨ ਕੀ ਹੋਇਆ ਕਿ ਅਸੀਂ, ਸਾਨੂੰ ਡਾਕਟਰਸ ਨੇ ਕਿਹਾ ਸੀ ਉਸ ਇੰਸੀਡੈਂਟ ਤੋਂ ਬਾਅਦ ਕਿ ਤੁਸੀਂ 6-7 ਮਹੀਨੇ ਤੱਕ ਹੁਣ ਬੱਚੇ ਲਈ ਦੁਬਾਰਾ ਨਹੀਂ ਸੋਚਣਾ, ਬਾਡੀ ਨੂੰ ਦੁਬਾਰਾ ਸੈੱਟ ਹੋਣ ਦਿਉ, ਬਾਡੀ ਨੂੰ ਰੈਡੀ ਹੋਣ ਦਿਉ ਇਸ ਚੀਜ਼ ਲਈ, ਦੈਨ ਫਿਰ ਮੇਰੇ ਕੋਲ ਆਉਣਾ। ਫਿਰ ਅਸੀਂ ਆਈ ਥਿੰਕ 6-7 ਮਹੀਨਿਆਂ ਬਾਅਦ ਫਿਰ ਡਾਕਟਰ ਕੋਲ ਵੀ ਗਏ ਸੀ, ਉਹਨਾਂ ਨੇ ਸਾਨੂੰ ਕਿਹਾ ਕਿ ਟਰਾਈ ਕਰੋ। ਅਸੀਂ ਬੱਚੇ ਲਈ ਟਰਾਈ ਵੀ ਕਰਦੇ ਰਹੇ, ਧੱਕਾ ਤਾਂ ਇੱਕ ਹੋਰ ਲੱਗਿਆ ਕਿ ਜਦੋਂ ਬੱਚੇ ਲਈ 2-3 ਮਹੀਨੇ ਟਰਾਈ ਕਰਿਆ ਨਾ, ਬੱਚਾ ਹੋਇਆ ਨਹੀਂ, ਧੱਕਾ ਫਿਰ ਇੱਕ ਲੱਗਿਆ। ਉਸ ਟਾਈਮ ਫਿਰ ਕੀ ਨਿਕਲਿਆ? ਡਾਕਟਰਸ ਕਹਿੰਦੇ ਕਿ ਜਿਹੜਾ ਮਾਇੰਡ 'ਤੇ ਸਟ੍ਰੈਸ ਬਿਠਾਇਆ ਹੋਇਆ ਨਾ, ਇਹ ਉਹਦਾ ਨਤੀਜਾ ਹੈ। ਫਿਰ ਦਿਮਾਗ ਨੇ ਕਹਿਤਾ ਕਿ ਪਾਠ ਵੀ ਕਰਨੇ ਹੈ ਔਰ ਆਪਣੇ ਦਿਮਾਗ 'ਤੇ ਹੁਣ ਸਟ੍ਰੈਸ ਵੀ ਨਹੀਂ ਰਹਿਣ ਦੇਣਾ। ਇਸ ਗੱਲ ਦੀ ਸਮਝ ਆ ਗਈ ਕਿ ਅਗਰ ਬਾਡੀ 'ਚੋਂ ਸਟ੍ਰੈਸ ਕੱਢਾਂਗੇ ਨਾ ਤਾਂ ਹੀ ਕੁਛ ਮਿਲੂਗਾ, ਬਾਡੀ 'ਚੋਂ ਉਸ ਟੈਨਸ਼ਨ ਨੂੰ ਕੱਢਾਂਗੇ ਨਾ ਤਾਂ ਹੀ ਬਾਡੀ ਨੂੰ ਕੁਛ ਮਿਲੂਗਾ। ਬਸ ਫਿਰ ਤਾਂ ਪਾਠ ਨੇ ਜੋ ਸਾਡਾ ਸਾਥ ਦਿੱਤਾ, ਪਾਠ ਨੇ ਜੋ ਸਾਡੇ 'ਤੇ ਮਿਹਰ ਕੀਤੀ, ਉਹਦਾ ਨਤੀਜਾ ਤਾਂ ਇਹ ਹੈ ਕਿ ਅੱਜ 2 ਸਾਲ ਹੋ ਗਏ ਅਸੀਂ ਇੱਕ ਬੱਚੇ ਦੇ ਮਾਂ ਬਾਪ ਹਾਂ। ਤਾਂ ਅੱਜ ਦੀ ਵੀਡੀਓ ਵਿੱਚ ਮੈਂ ਇਹੀ ਕਹਿ ਕੇ ਐਂਡ ਕਰੂੰਗੀ ਕਿ ਅਗਰ ਕੋਈ ਟੈਨਸ਼ਨ ਤੁਹਾਡੇ ਲਾਈਫ ਵਿੱਚ ਆ ਵੀ ਗਈ ਹੈ, ਅਗਰ ਕੋਈ ਬੈਡ ਇੰਸੀਡੈਂਟ ਤੁਹਾਡੀ ਲਾਈਫ 'ਚ ਆ ਵੀ ਗਿਆ, ਠੀਕ ਹੈ, ਮੈਂ ਨਹੀਂ ਕਹਿੰਦੀ ਕਿ ਦੁੱਖ ਨਹੀਂ ਹੁੰਦਾ, ਦੁੱਖ ਹੁੰਦਾ ਹੈ, ਮੈਂ ਨਹੀਂ ਕਹਿੰਦੀ ਕਿ ਇਨਸਾਨ ਫਿਰ ਦੁਖੀ ਨਹੀਂ ਹੁੰਦਾ, ਦੁਖੀ ਵੀ ਹੁੰਦਾ ਹੈ। ਉਹ ਚੀਜ਼ ਕਿਤੇ ਨਾ ਕਿਤੇ ਘਰ ਕਰ ਜਾਂਦੀ ਹੈ ਕਿ ਮੇਰੇ ਨਾਲ ਇੱਦਾਂ ਕਿਉਂ ਹੋ ਗਿਆ। ਮੈਂ ਲਾਸਟ ਵੀਡੀਓ ਵਿੱਚ ਵੀ ਕਿਹਾ ਸੀ ਕਿ ਐਕਸੈਪਟੈਂਸ ਹੀ ਰਹਿ ਜਾਂਦੀ ਹੈ, ਮੈਂ ਅੱਜ ਵੀ ਹੀ ਕਹੂੰਗੀ ਕਿ ਐਕਸੈਪਟੈਂਸ ਹੀ ਰਹਿ ਜਾਂਦੀ ਹੈ। ਤੁਹਾਨੂੰ ਉਸ ਚੀਜ਼ 'ਚੋਂ ਸਿਰਫ ਪਰਮਾਤਮਾ ਦਾ ਨਾਮ ਹੀ ਕੱਢ ਸਕਦਾ। ਆਪਣਾ ਪਰਸਨਲ ਐਕਸਪੀਰੀਅੰਸ ਮੈਂ ਫਿਰ ਇਹੀ ਕਹੂੰਗੀ ਕਿ ਇਹੀ ਰਿਹਾ ਕਿ ਮੈਨੂੰ ਉਸ ਸਾਰੇ ਸਟ੍ਰੈਸ 'ਚੋਂ ਉਸ ਪਰਮਾਤਮਾ ਦੇ ਨਾਮ ਨੇ ਹੀ ਕੱਢਿਆ। ਦੱਸੂੰਗੀ ਮੈਂ ਆਉਣ ਵਾਲੇ ਵੀਡੀਓਜ਼ ਦੇ ਵਿੱਚ ਵੀ ਕਿ ਉਹ ਕਿਹੜਾ ਗੁਰਦੁਆਰਾ ਹੈ, ਉਹ ਸੰਤ ਕੌਣ ਨੇ, ਕਿਹੜੇ ਗੁਰਦੁਆਰੇ 'ਚ ਬੈਠਦੇ ਨੇ,
ਕਿੱਦਾਂ ਤੁਸੀਂ ਵੀ ਅਗਰ ਮਿਲਣਾ ਚਾਹੋ ਤਾਂ ਉਹਨਾਂ ਨੂੰ ਮਿਲ ਸਕਦੇ ਹੋ। ਈਵਨ ਅਗਰ ਤੁਸੀਂ ਜਾਣਨਾ ਵੀ ਚਾਹੁੰਦੇ ਹੋ ਕਿ ਉਹ ਕੌਣ ਨੇ, ਤੁਸੀਂ ਮੇਰੇ ਇੰਸਟਾਗ੍ਰਾਮ 'ਤੇ ਮੈਨੂੰ ਫੋਲੋ ਕਰ ਸਕਦੇ ਹੋ, ਮੈਨੂੰ ਉੱਥੇ ਮੈਸੇਜ ਕਰ ਸਕਦੇ ਹੋ ਪਰਸਨਲ, ਦੈਨ ਮੈਂ ਤੁਹਾਨੂੰ ਉਹਨਾਂ ਦਾ ਐਡਰੈਸ ਵੀ ਦੇ ਦੂੰਗੀ ਜਾਂ ਜੋ ਜਿੱਦਾਂ ਵੀ ਤੁਸੀਂ ਉਹਨਾਂ ਤੱਕ ਪਹੁੰਚ ਕਰ ਸਕਦੇ ਹੋ ਮੈਂ ਤੁਹਾਨੂੰ ਦੱਸੂੰਗੀ ਜ਼ਰੂਰ। ਉਸ ਤੋਂ ਬਾਅਦ ਫਿਰ ਇੱਕ ਨਵੀਂ ਜਰਨੀ ਸ਼ੁਰੂ ਹੋਈ। ਇਸ ਵੀਡੀਓ ਦਾ ਮੈਂ ਐਂਡ ਇੱਥੇ ਕਰਨ ਲੱਗੀ ਹਾਂ ਔਰ ਆਉਣ ਵਾਲੇ ਟਾਈਮ ਵਿੱਚ ਇੱਕ ਵੀਡੀਓ ਇਸ ਟੋਪਿਕ 'ਤੇ ਬਣਾਉਂਗੀ ਕਿ ਪਾਠ ਕਰਨ ਤੋਂ ਬਾਅਦ ਦੀ ਜਰਨੀ ਮੇਰੀ ਕਿੱਦਾਂ ਦੀ ਰਹੀ, ਫਿਰ ਉਹ ਕਿਹੜਾ ਇੱਕ ਚਮਤਕਾਰ ਹੋਇਆ ਕਿ ਡਾਕਟਰਸ ਦੇ ਮਨ੍ਹਾ ਕਰਨ ਤੋਂ ਬਾਅਦ ਵੀ ਸਾਨੂੰ ਬੱਚਾ ਹੋ ਗਿਆ। ਬੜੀ ਜਲਦੀ ਮੈਂ ਇਸ ਟੋਪਿਕ 'ਤੇ ਵੀ ਇੱਕ ਵੀਡੀਓ ਬਣਾਉਂਗੀ। ਇਸ ਵੀਡੀਓ ਦਾ ਮੈਂ ਇੱਥੇ ਐਂਡ ਕਰਨ ਲੱਗੀ ਹਾਂ ਔਰ ਤੁਹਾਡੇ ਸਾਰਿਆਂ ਲਈ ਬਸ ਇਹੀ ਇੱਕ ਦੁਆ ਹੈ ਅੰਦਰੋਂ ਕਿ ਪਰਮਾਤਮਾ ਤੁਹਾਡੇ ਸਾਰਿਆਂ 'ਤੇ ਮੇਰਾ ਭਰੀ ਨਿਗਾਹ ਰੱਖੇ। ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ, ਸ਼ੇਅਰ ਐਂਡ ਕਮੈਂਟ ਜ਼ਰੂਰ ਕਰਨਾ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਚੈਨਲ ਨਵਾਂ ਹੈ ਮੈਂ ਫਿਰ ਕਹੂੰਗੀ ਚੈਨਲ ਨਵਾਂ ਹੈ, ਇਸ ਨੂੰ ਤੁਹਾਡੇ ਸਾਰਿਆਂ ਦੇ ਸਪੋਰਟ ਦੀ ਬਹੁਤ ਲੋੜ ਹੈ। ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਨਵੇਂ ਐਕਸਪੀਰੀਅੰਸ ਦੇ ਨਾਲ, ਤਦ ਤੋਂ ਪਹਿਲੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।